ਆਈਲੈਂਡ ਤੋਂ ਸੱਤ ਬੈਂਡ ਆਏ ਜਦੋਂ ਭਰਤੀ ਹੋਏ, ਜਦੋਂ ਬੈਂਡ ਛੱਡ ਕੇ ਤਾਂ ਭਰਤੀ ਆਪਣਾ ਟਰੈਕਾਂ ਦੇਸ਼ ਭਗਤੀ ਆਪਣਾ ਕੱਲ੍ਹ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ। ਸੋ ਅੱਜ ਮੈਂ ਇੱਥੇ ਸ਼ਹੀਦ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨ ਆਇਆ। ਜਿਹੜੇ ਬਦਮਾਸ਼ ਨੇ, ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ, ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ। ਹਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ, ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ। ਪੜਦਾਦਾ ਜਿਹੜੇ ਸੀ ਉਹ ਗਰਦਾਵਰ ਰਿਟਾਇਰ ਹੋਏ, 25 ਸਾਲ ਪਿੰਡ ਦੀ ਸਰਪੰਚ ਸਾਡੇ ਨਗਰ ਦਾ ਉੱਤੇ ਫਖਰ ਹੈ। ਪਰ ਇੱਕ ਤਰ੍ਹਾਂ ਫਖਰ ਵੀ ਹੈਗਾ, ਪਿਤਾ ਇੱਕ ਸ਼ਹੀਦ ਦਾ ਪਿਤਾ ਰਸਪਾਲ ਪੱਟੀ ਦੀ ਮੌਤ ਤੋਂ ਬਾਅਦ ਅਕਾਲੀ ਦਲ ਦੀ ਗੌਰਮੈਂਟ ਨੇ 138 ਪੁਆਇੰਟ ਲੱਭੇ ਸੀ ਵੀ ਇੱਥੇ ਐਕਸੀਡੈਂਟ ਹੁੰਦੇ। ਅਸੀਂ MLA ਸਾਹਿਬ ਨੂੰ ਕਹਿਣਾ ਜੀ ਇਹਨਾਂ ਦਾ ਸੁਣ ਲਿਆ ਤੁਸੀਂ, ਅਸੀਂ ਇਹਨਾਂ ਨੂੰ ਕਰੋੜ ਰੁਪਇਆ ਜੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ, 1 ਕਰੋੜ ਰੁਪਇਆ ਸੀ ਉਹ HDFC ਦਿੰਦੇ, 1 ਕਰੋੜ ਰੁਪਏ ਗਵਰਨਮੈਂਟ ਵੱਲੋਂ 2 ਕਰੋੜ ਅਤੇ ਫੌਜੀ ਜਿਵੇਂ ਫੌਜੀ 'ਚ 1 ਕਰੋੜ ਰੁਪਈਆ ਕਿਉਂਕਿ ਉਹਨੇ ਤਨਖਾਹ ਫੌਜ ਦਿੰਦੀ ਸੈਂਟਰ ਦੀ, ਬਾਕੀ ਨੌਕਰੀ ਅਤੇ ਬਾਕੀ ਸੁਵਿਧਾਵਾਂ ਉਹ ਤਾਂ ਕਦੇ ਪੰਜਾਬ ਪੁਲਿਸ ਦਾ ਜਾਂ ਫੌਜ ਦਾ ਅਸੀਂ ਪਰਿਵਾਰ ਕੋਈ ਰੋਲ ਨਹੀਂ ਦਿੰਦੇ। ਪਰਿਵਾਰ ਪਰਿਵਾਰ ਨੂੰ ਦੇਖ ਕੇ ਬਹੁਤ ਸਾਰੇ ਹੋਰ ਪਰਿਵਾਰਾਂ ਦੇ ਬੱਚੇ ਨਾ ਟੱਬਰ ਦੇ ਉਹ ਬਿਮਾਰ ਹੋ ਗਿਆ, ਜੇ ਪਰਿਵਾਰ ਨੂੰ ਅਸੀਂ ਸੰਭਾਲ ਲਿਆ ਤਾਂ ਕਹਿੰਦੇ ਠੀਕ ਹੈ ਯਾਰ ਸਾਡੇ ਉਹਦੇ ਨਾਂ 'ਤੇ ਸਟੇਡੀਅਮ ਬਣ ਗਿਆ, ਨਾਂ ਹੋ ਗਿਆ। ਆਈਲੈਂਡ ਤੋਂ 7 ਬੈਂਡ ਆਏ ਜਦੋਂ ਭਰਤੀ ਹੋਇਆ, ਕਿਹਨੇ ਉਹ ਬੈਂਡ ਛੱਡ ਕੇ ਤਾਂ ਭਰਤੀ ਆ ਟਰੈਕਾਂ ਦੇਸ਼ ਭਗਤੀ ਆ ਟਰੈਕਾਂ, ਕੋਈ ਬਹੁਤ ਸੋਹਣਾ ਮੁੰਡਾ ਸੀ ਦੇਖਿਆ, ਐਜੂਕੇਟਡ ਵੀ ਸਾਹਿਬ ਪਾਸ ਸੀ, ਹੀਰੋ ਸੀ ਓਕੇ ਕਰੀਏ ਤੱਕ ਘੰਟਾ ਸਾਰੇ ਪਿੰਡ ਦੇ ਸੁੱਖ ਨੂੰ ਕੋਟ ਲੱਗਿਆ ਹੋਇਆ ਉਹ ਮੈਂ ਆਪਣੇ ਹੱਥਾਂ ਨਾਲ ਨਹੀਂ ਦੇ ਸਕਦਾ ਤੁਹਾਨੂੰ। BJP ਸਰ ਪਹੁੰਚ ਗੱਲ ਕਰ ਰਿਹਾ ਸੀ, ਉਹਨੇ ਮੇਰੀ ਵੀ ਕਰਾਤੀ ਉਹਨੇ ਮੈਂ ਗੱਡੀ ਲੈ ਅਤੇ ਉਹ ਮੁੰਡਾ ਵਰਦੀ 'ਚ ਉੱਥੋਂ ਗੱਲ ਕਰ ਰਿਹਾ ਸੀ ਪਤਾ ਨਹੀਂ, ਕਹਿੰਦਾ ਇਹ ਵੀ ਪੈਨਸ਼ਨ ਆਉਣ ਵਾਲੇ ਜੀ ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ CIA ਸਟਾਫ ਵੱਲੋਂ ਇੱਕ ਰੇਡ ਕੀਤੀ ਗਈ, ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਕੁੱਟਣ ਵਾਲੇ, ਉਹਨਾਂ ਦੇ ਕਿਤੇ ਸੂਹ ਮਿਲੀ ਕਿ ਉੱਥੇ ਨਜਾਇਜ਼ ਹਥਿਆਰ ਨੇ
ਤਾਂ ਅੰਮ੍ਰਿਤਪਾਲ ਹੋਰੀ ਉਸ ਟੀਮ ਦੇ ਸ਼ਾਮਿਲ ਸੀ। ਅਚਾਨਕ ਅੱਗੇ ਗੋਲੀ ਚਲਾ ਦਿੱਤੀ ਗਈ ਅਤੇ ਜਿਹਦੇ ਕਰਕੇ ਅੰਮ੍ਰਿਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ। ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ। ਅਤੇ ਕੱਲ੍ਹ ਜਿਹੜਾ ਜਿਨ੍ਹਾਂ ਦੀ ਭਾਲ ਦੇ ਵਿੱਚ ਅੰਮ੍ਰਿਤਪਾਲ ਹੋਰੀ ਦੀ ਟੀਮ ਗਈ ਸੀ, ਕੱਲ੍ਹ ਉਹ ਵੀ ਕਿਉਂਕਿ ਉਸ ਵੇਲੇ ਭੱਜ ਗਏ ਸੀ, ਉਸ ਤੋਂ ਬਾਅਦ ਕੱਲ੍ਹ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ। ਤੋ ਅੱਜ ਮੈਂ ਇੱਥੇ ਸ਼ਹੀਦ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਉਹਨਾਂ ਨੂੰ ਹੌਸਲਾ ਅਫਜਾਈ ਕਰਨ ਆਇਆ, ਦੁੱਖ ਸਾਂਝਾ ਕਰਨ ਆਇਆ ਕਿ ਉਹ ਇਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ, ਕਿਉਂਕਿ ਉਹ ਜਿਹੜੇ ਬਦਮਾਸ਼ ਨੇ ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ, ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ, ਹਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ। ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ, ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਆ ਹੌਸਪਿਟਲ 'ਚ। ਸੋ ਅੰਮ੍ਰਿਤਪਾਲ ਪਿੰਡ ਦਾ ਹੀਰਾ ਸੀ, ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗੁਆਚ ਗਿਆ। ਤੋ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਅਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਖੜ੍ਹਾਂਗੇ।